ਐਂਕੁੰਡ ਕਰ ਕਰ ਲੰਘਿਆ ਕਰਦੇ ਦੇਖ ਕੇ ਚੱਲਿਓ। ਇੰਨਾ ਗਾਣਾ ਸੁਣਾਉਣਾ ਨਾ ਸੁਣਦੇ ਥੱਕ ਜਾਓਗੇ। ਹੁਣ ਗਿਰੀ ਚੱਲਿਓ, ਮਹੀਨੇ ਚ ਤੀਜਾ ਗਾਣਾ ਆ ਰਿਹਾ ਹੁਣ, ਠੀਕ ਹੈ ਜੀ। ਜਿਵੇਂ ਤਰਪਾਲ ਤੇ ਖੜੇ ਪੈਂਦੇ ਉਹਨਾਂ ਨੇ ਐ ਗਾਣੇ ਆਉਣਗੇ, ਹੁਣ ਸੁਣੀ ਚੱਲਿਓ ਤੇ ਗਿਣੀ ਚੱਲਿਓ। ਸਰ ਦਾ ਪਤਾ ਨੀ, ਇਹ ਨੀ ਪਤਾ ਵੀ ਕਿੱਥੋਂ ਚੱਲ ਵੀ ਉਹਦੇ ਕਿੱਥੇ ਸਿੱਟੀ ਹੈ, ਕਿੱਥੋਂ ਸਿੱਟੀ ਉਹਦੇ ਕਿੱਥੇ ਚੱਕ ਲਈਏ ਜਾਏ। ਦੋਸਤੋ, ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ 2020 ਵਿੱਚ ਵੱਡਾ ਧਮਾਕਾ ਕਰਨ ਜਾ ਰਿਹਾ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਨੇ ਆਪਣੇ ਲਾਈਵ ਸ਼ੋਅ ਵਿੱਚ ਆਪਣੇ ਹੇਟਰਾਂ ਨੂੰ ਰਿਪਲਾਈ ਕਰਦੇ ਹੋਏ ਕਿਹਾ ਹੈ ਕਿ ਮੇਰੇ ਵਿਰੋਧੀ ਮੇਰੇ ਮੂਹਰੋਂ ਘੰਡ ਕੱਢ ਕੇ ਨੰਗਿਆ ਕਰਨਗੇ, ਕਿਉਂਕਿ ਮੈਂ 2020 ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਕਰਨ ਜਾ ਰਿਹਾ ਹਾਂ। ਦੋਸਤੋ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਗਾਣਿਆਂ ਤੋਂ ਇਲਾਵਾ ਉਸਦੀ ਯੈਸ ਆਈ ਐਮ ਸਟੂਡੈਂਟ ਫਿਲਮ ਵੀ ਆ ਰਹੀ ਹੈ, ਜੋ ਕਿ ਮਾਰਚ ਵਿੱਚ ਰਿਲੀਜ਼ ਹੋਵੇਗੀ। ਅਤੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੀ ਹੇਕ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਸਿੱਧੂ ਮੂਸੇਵਾਲੇ ਨੂੰ ਹੇਕ ਨਹੀਂ ਲਾਉਣੀ ਆਉਂਦੀ, ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ। ਦੋਸਤੋ, ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।